स्वागत है किसान वीरों अज की वीडियो दे विच। अज सोनू आपां भांड्यां वास्ते धोण खातर एक घरे लिक्विड तैयार करते हैं, बहुत ही वधिया। आपां नूं दूजियां साबणां बहुत महंगियां पैंदियां, बहुत छेती खुर जांदियां। तो गल करते हैं आपां अज सारे नूं पहलां आ चीज़ है कोका कोला ना समझो इहनूं, तो ये लिक्विड आम साबण वाली दुकान तो मिल जाता। आपां चार चीज़ां नाल ही 5-6 लीटर इहदा घोल तैयार हो जूगा। तो यह लिक्विड हैगा साबण वाला, ये मिल जाता। ये लेना आपां 250 ग्राम। तो इहतों अगली चीज़ आ गई कास्टिक, आपां नूं आम दुकानों तो मिल जाता, ये वैसे दुध फटे तो भी लग जाता, कास्टिक कहिंदे ने इहनूं। तो 100 ग्राम आपां इह लेना गा। तो अगली चीज़ आ मिठा सोडा, 100 ग्राम आपां मिठा सोडा लेना गा। तो इस तों बाद आ अपने आम सारे किसानां कोल आ यूरिया रे, 100 ग्राम आपां इह लेना गा। ये चार आइटमां हो गईयां। इस तों बाद आपां इक ध्यान रखना, तो जिहड़ी पानी वाली बाल्टी आ जिहदे विच घोल बनाउणा वह प्लास्टिक दी होवे। ਜਿਹੜੀ ਤਾਂ ਜਿਹੜਾ ਕਾਸਟਕੜਾ ਦੂਜੇ ਲੋਹੇ ਨੂੰ ਵੱਢ ਦਿੰਦਾ, ਇਹ ਜੰਗਾਲ ਲਾਉਣ ਖਾਤਰ ਵੀ ਹੁੰਦਾ ਗਾ ਵੀ ਆਪਾਂ ਜਿਹੜਾ ਭਾਂਡਾ ਵਰਤਣਾ ਗਾ ਪਲਾਸਕੜ ਦਾ ਭਾਂਡਾ ਵਰਤਣਾ ਗਾ। ਅਤੇ ਇਹਦੇ ਵਿੱਚ ਇਹ 100-100 ਗ੍ਰਾਮ ਅਤੇ 250 ਗ੍ਰਾਮ ਆਪਣਾ ਲਿਕੁਇਡ ਹੋ ਗਿਆ, ਆਮ ਤੁਹਾਨੂੰ ਮਿਲ ਜੂਗਾ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਗਾ, ਅਤੇ ਉਹ ਬਾਲਟੀ ਦੇ ਵਿੱਚ ਰਾਬੜ ਦੇ ਭਾਂਡੇ ਦੇ ਵਿੱਚ ਯਾਨੀ ਕਿ 5 ਲੀਟਰ ਪਾਣੀ ਲੈ ਲੈਣਾ। 5 ਲੀਟਰ ਪਾਣੀ ਲੈ ਕੇ ਸਾਰਿਆਂ ਨੂੰ ਪਹਿਲਾਂ ਆਪਾਂ ਇਹਦੇ ਵਿੱਚ ਜਿਹੜਾ ਕਾਸਟਕ ਆ ਇਹ ਕਾਸਟਕ ਪਾਵਾਂਗੇ, ਕੱਲਾ ਕਰ ਕੱਲੀ ਕੱਲੀ ਆਈਟਮ ਪਾਉਣੀ ਆ। ਇਹਨੂੰ ਆਪਾਂ ਪਾਤਾ ਵਿੱਚ, ਇਹਨੂੰ ਘੋਲਣਾ ਚੰਗੀ ਤਰ੍ਹਾਂ, ਹਲਿਆਓ ਚੰਗੀ ਤਰ੍ਹਾਂ ਘੋਲ ਲੈਣਾ ਇਹਨੂੰ। ਹਾਂ ਕਿਸਾਨ ਵੀਰੋ, ਜਿਹੜਾ ਆਪਾਂ ਕਾਸਟਕ ਪਾਇਆ ਸੀਗਾ ਉਹ ਘੋਲ ਗਿਆ ਚੰਗੀ ਤਰ੍ਹਾਂ। ਅਤੇ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਆ ਜਿਹੜਾ ਲਿਕੁਇਡ ਆ 250 ਗ੍ਰਾਮ ਇਹ ਪਾਵਾਂਗੇ। ਇਹ ਪਾ ਕੇ ਮਤਲਬ ਫਿਰ ਚੰਗੀ ਤਰ੍ਹਾਂ ਫਿਰ ਹਲਿਆ ਲੈਣਾ ਗਾ ਸਾਰਾ ਪਾਣੀ, ਅਤੇ ਇਹਨੂੰ ਹਲਿਆ ਹੀ ਜਾਣਾ ਗਾ। ਅਤੇ ਪੂਰਾ ਜਿੰਨਾ ਚੱਕਰ ਵਿੱਚ ਮਿਕਸ ਨਹੀਂ ਹੁੰਦਾ ਉਨਾ ਚੱਕਰ ਇਹਨੂੰ ਪੂਰੀ ਤਰ੍ਹਾਂ ਵੀ ਵਿੱਚ ਘੋਲ ਬਣਾਈ ਜਾਣਾ ਆਪਣਾ, ਵੈਸੇ ਸਿਹਤ ਹੀ ਬਹੁਤ ਖੁਰ ਜਾਂਦੇ ਨੇਗੇ। ਹਾਂ ਕਿਸਾਨ ਵੀਰੋ, ਅਤੇ ਇਹ ਮਤਲਬ ਦੋ ਚੀਜ਼ਾਂ ਪੂਰੀਆਂ ਹੋ ਗਈਆਂ। ਦੇਖੋ ਤੁਹਾਨੂੰ ਦੱਸ ਦਿਓ ਝਾਗਾ ਪੂਰਾ ਘੁਲ ਗਿਆ। ਹੁਣ ਜਿਹੜੀ ਅਗਲੀ ਆਈਟਮ ਆ ਇਹਦੇ ਵਿੱਚ ਆਪਾਂ ਪਾਉਣੀਆਂ ਗੀ, ਅਤੇ ਇਹ ਮਤਲਬ ਮਿੱਠਾ ਸੋਡਾ 100 ਗ੍ਰਾਮ ਆਪਾਂ ਇਹ ਲੈ ਲੈਣਾ। ਇਹਨੂੰ ਵੀ ਪਾ ਕੇ ਚੰਗੀ ਤਰ੍ਹਾਂ ਉਸੇ ਵਾਂਗੂ ਘੋਲ ਬਣਾ ਲੈਣਾ, ਐਂ ਮਿਕਸ ਕਰ ਲੈਣਾ ਗਾ, ਕਿਉਂ ਝੱਗ ਹੋ ਗਈ ਇਹ ਹੁਣ ਥੋੜ੍ਹਾ ਜਿਹਾ ਸੋਰੀ ਆ, ਮਿੱਠਾ ਸੋਡਾ ਵੀ ਸੀਤੀ ਖੁਰ ਜਾਂਦਾ ਹੈ। ਇਸ ਤੋਂ ਬਾਅਦ ਹਾਂ ਵੀਰੋ, ਇਹ 3 ਆਈਟਮਾਂ ਹੁਣ ਘੁਲ ਕੇ ਤਿਆਰ ਹੋ ਗਈਆਂ। ਲਾਸਟ ਆਈਟਮ ਰਹਿ ਗਈ ਇਹਦੇ ਵਿੱਚ ਪਾਉਣ ਵਾਲੀ, ਜਿਹੜੀ ਆਮ ਆਪਣੇ ਕਿਸਾਨ ਵੀਰਾਂ ਦੇ ਖੇਤਾਂ 'ਚ ਆਮ ਹੁੰਦੀ ਆ ਆਪਣੇ ਘਰ, ਇਹ ਆ ਯੂਰੀਆ ਰੇਹ ਕਹਿੰਦੇ ਨੇ ਜਿਹਨੂੰ ਆਪਾਂ, ਯੂਰੀਆ ਰੇਹ ਆ 100 ਗ੍ਰਾਮ ਇਹਨੂੰ ਵੀ ਪਾ ਲੈਣਾ। ਇਹ ਚਾਰੇ ਚੀਜ਼ਾਂ ਦਾ ਮਿਸਰਨਾ ਜਿਹੜਾ ਉਹ ਪੂਰਾ ਹੋ ਗਿਆ, ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਵੀ ਘੋਲ ਲੈਣਾ ਗਾ ਪਾਣੀ ਦੇ ਵਿੱਚ। ਇਸ ਤੋਂ ਬਾਅਦ ਪੂਰੀ ਤਰ੍ਹਾਂ ਹਲਿਆ ਲੈਣਾ, ਚਾਰੇ ਚੀਜ਼ਾਂ ਮਿਲ ਜਾਣਗੀਆਂ। ਲਾਈ ਵੀਰੋ ਇਹ ਆਪਣਾ ਰੈਡੀ ਆ ਪੂਰੀ ਤਰ੍ਹਾਂ, 5-5.5-6 ਲੀਟਰ ਵਾਂਗੂ ਲਗਭਗ ਇਹ ਬਣ ਗਿਆ। ਅਤੇ ਬਹੁਤ ਦੇਰੀ ਆਪਾਂ ਨੂੰ ਸਾਬਣਾ ਸੂਬਣਾ ਖੁਰਦੀਆਂ ਬਹੁਤ ਨੇ, ਮਹਿੰਗੀਆਂ ਬਹੁਤ ਪੈਂਦੀਆਂ, ਅਸੀਂ ਬਹੁਤ ਚਿਰ ਤੋਂ ਘਰ ਯੂਜ ਕਰ ਰਹੇ ਹਾਂ ਇਹਨੂੰ। ਇਸ ਤੋਂ ਬਾਅਦ ਇਹਨੂੰ 10-15 ਮਿੰਟ ਰੱਖ ਲੈਣਾ, ਇਸ ਤੋਂ ਬਾਅਦ ਕਿਸੇ ਆਪਾਂ ਗੇਲਣ ਗੁੱਲਣ 'ਚ ਕੱਢ ਕੇ ਰੱਖ ਸਕਦੇ ਹਾਂਗੇ। ਲਾਈ ਵੀਰੋ ਹੁਣ ਆਪਾਂ ਇਹਦੇ ਵਿੱਚ ਕੱਢ ਲਿਆ, ਆਹ ਪੈ ਨੂੰ ਧੋ ਕੇ ਦੇਖਦੇ ਹਾਂਗੇ ਆਪਾਂ, ਅਤੇ ਇਹਦੇ ਵਿੱਚ ਕੱਢ ਲਿਆ ਤੁਸੀਂ ਗੇਲਣ 'ਚ ਰੱਖ ਸਕਦੇ ਹੋ। ਇਹ ਘੱਟ ਤੋਂ ਘੱਟ 4-5 ਮਹੀਨੇ ਚੱਲ ਜਾਂਦਾ ਗਾ, 100-150 ਰੁਪਏ ਦਾ ਲਗਭਗ ਸਮਾਨ ਪੈਂਦਾ ਗਾ, ਭਾਂਡੇ ਬਹੁਤ ਵਧੀਆ ਨਖੇੜਦਾ ਗਾ। ਅਤੇ ਆਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ, ਅਤੇ ਬਹੁਤ ਵਧੀਆ ਜਾਣੀ ਕਿ ਅਸੀਂ 1-1.5 ਸਾਲ ਤੋਂ ਇਹਨੂੰ ਯੂਜ ਕਰ ਰਹੇ ਹਾਂ। ਅਤੇ ਅੱਜ ਮਨ ਦੇ ਵਿੱਚ ਖਿਆਲ ਆਇਆ, ਉਸ ਮੌਸਮ ਵਧੀਆ ਸੀ, ਰੋਮਾਂਟਿਕ ਜਿਹਾ ਸੀਗਾ, ਗਰਮੀ ਘੱਟ ਸੀ, ਅਤੇ ਵੀ ਚੱਲ ਆਪਾਂ ਘੋਲ ਤਿਆਰ ਕਰਦੇ ਹਾਂ ਵੀਡੀਓ ਬਣਾ ਕੇ ਕਿ ਉਹਨਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇ। ਅਤੇ ਜੇ ਵੀਡੀਓ ਵਧੀਆ ਲੱਗੀ, ਹੋਰ ਜਾਣਕਾਰੀ ਚਾਹੀਦੀ ਆ ਕਿਸਾਨੀ ਵਾਸਤੇ ਵਾਰ ਅਤੇ ਪਸ਼ੂਆਂ ਵਾਸਤੇ, ਸਿਰਫ ਚੈਨਲ ਬਣਾਇਆ ਗਾ ਆਪਾਂ ਵੀਰੇ, ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ। ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰੋ, ਆਹ ਤੁਸੀਂ ਦੇਖ ਸਕਦੇ ਹੋ। ਅਤੇ
ਵਿੱਚੋਂ ਪੂਰੀ ਤਰ੍ਹਾਂ ਸਾਫ਼ ਹੋ ਗਿਆ। ਜਿਹੜੀ ਸੰਧਿਆਈ ਸੀਗੀ ਕੁਛ ਨਹੀਂ ਰਹਿੰਦਾ, ਨਾ ਚਿਕਨਾਈ ਰਹਿੰਦੀ ਆ ਨਾ ਹੋਰ। ਬਹੁਤ ਹੀ ਸਸਤਾ ਅਤੇ ਸੌਦਾ ਗਾ, ਬਹੁਤ ਸਸਤਾ ਜਗਾੜਾ, ਦੇਖ ਸਕਦੇ ਹੋ ਤੁਸੀਂ ਪੂਰਾ ਵਧੀਆ ਬਣ। ਧੰਨਵਾਦ।